ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੀ ਸੂਈ ਸੀਗੀ ਮੱਝ, ਅਤੇ ਫਿਰ ਅਸੀਂ ਬਣਾਈ ਸੀ ਬੋਲੀ, ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲੈਂਦੇ ਹਾਂ ਵੀ ਬੋਲੀ ਕਿਵੇਂ ਬਣਾਈ ਜਾਂਦੀ ਆ। ਪਹਿਲਾਂ ਆਪਾਂ ਕੜਾਹੀ ਨੂੰ ਗੈਸ 'ਤੇ ਰੱਖ ਲੈਣਾ, ਉਹਦੇ ਵਿੱਚ ਆਪਾਂ ਦੁੱਧ ਪੁਣ ਕੇ ਪਾ ਲੈਣਾ ਆ। ਦੁੱਧ ਪੁਣਨਾ ਜ਼ਰੂਰੀ ਆ ਕਿਉਂਕਿ ਦੁੱਧ ਦੇ ਵਿੱਚ ਕੋਈ ਨਾ ਕੋਈ ਡੱਕਾ ਡੁੱਕਾ ਪੱਠਿਆਂ ਦਾ ਜਾਂ ਤੂੜੀ ਵਗੈਰਾ ਦਾ ਗਿਰ ਜਾਂਦਾ ਆ, ਅਤੇ ਦੁੱਧ ਸਾਫ਼ ਹੋਣਾ ਚਾਹੀਦਾ ਆ। ਅਤੇ ਦੁੱਧ ਨੂੰ ਪੁਣ ਕੇ ਫਿਰ ਆਪਾਂ ਨਾਲ ਦੀ ਨਾਲ ਹਿਲਾਈ ਜਾਣਾ ਦੁੱਧ ਨੂੰ, ਕਿ ਜਿਹੜਾ ਇਹ ਲੂਹਾ ਦੁੱਧ ਹੁੰਦਾ ਵਾ ਜਦੋਂ ਡੰਗਰ ਸੂੰਦਾ ਆ ਤਾਜ਼ਾ, ਅਤੇ ਮੱਝ ਜਾਂ ਗਾਂ, ਉਦੋਂ ਇਹ ਦੁੱਧ ਮਤਲਬ ਥੱਲੇ ਬਹੁਤ ਚਿਪਕਦਾ ਹੁੰਦਾ ਕਿਸੇ ਵੀ ਭਾਂਡੇ ਦੇ ਨਾਲ ਜਿਹਦੇ ਵਿੱਚ ਵੀ ਆਪਾਂ ਗਰਮ ਕਰਦੇ ਹਾਂ ਗਰਮ ਕਰਨ 'ਤੇ। ਅਤੇ ਨਾਲ ਹੀ ਇਹਦੇ ਵਿੱਚ ਪਾਤਾ ਸੀ ਮੈਂ ਮਿੱਠਾ ਚੀਨੀ, ਪਾਤੀ ਸੀਗੀ ਚੀਨੀ ਮੈਂ ਇਸ ਕਰਕੇ ਪਾਈ ਸੀ ਵੀ ਇਹ ਦੂਜਾ ਵੀ ਜਦੋਂ ਦੁੱਧ ਬੋਲੀ ਫਟਦੀ ਆ ਇਹਦੇ ਫੁੱਟ ਵੀ ਮਤਲਬ ਮਿੱਠੇ ਰਹਿਣ ਨਾਲ ਦੀ ਨਾਲ ਪਾਉਣ ਨਾਲ। ਕਈ ਵਾਰ ਫਿਰ ਜੇ ਬਾਅਦ ਵਿੱਚ ਪਾਉਂਦੇ ਤਾਂ ਪਾਣੀ ਲਹਿਦਾ ਹੋ ਜਾਂਦਾ ਅਤੇ ਫੁੱਟ ਜੇ ਬੋਲੀ ਦੇ ਲਹਿਦਾ ਹੋ ਜਾਂਦੇ ਨੇ, ਤਾਂ ਫੁੱਟ ਜੇ ਫਿੱਕੇ ਹੁੰਦੇ ਨੇ ਅਤੇ ਪਾਣੀ ਪਾਣੀ ਵਿੱਚ ਮਿੱਠਾ ਹੁੰਦਾ ਆ, ਅਤੇ ਨਾਲ ਦੀ ਨਾਲ ਫਿਰ ਚੀਨੀ ਪਾਉਣ ਨਾਲ ਫੁੱਟ ਜੇ ਵੀ ਮਿੱਠੇ ਹੋ ਜਾਂਦੇ ਨੇ ਜਿਹੜੇ ਦੁੱਧ ਦੇ ਬਣਦੇ ਆ। ਅਤੇ ਇਹ ਮਿੱਠਾ ਥੋੜ੍ਹਾ ਜਿਹਾ ਵਿੱਚ ਵੱਧ ਪੈਂਦਾ ਆ, ਜੇ ਆਪਾਂ ਮਤਲਬ ਮਿੱਠਾ ਘੱਟ ਪਾ ਲਈਏ ਤਾਂ ਫਿਰ ਇਹ ਥੋੜ੍ਹੀ ਜਿਹੀ ਖਾਣ ਵਿੱਚ ਉਨੀ ਟੇਸਟ ਨਹੀਂ ਲੱਗਦੀ ਹੈਗੀ। ਨਾਲ ਦੀ ਨਾਲ ਆਪਾਂ ਹਿਲਾਉਂਦੇ ਜਾਵਾਂਗੇ, ਅਤੇ ਨਾਲ ਦੀ ਨਾਲ ਤਲੇ ਤੋਂ ਜਾਂ ਸਾਈਡਾਂ ਤੋਂ ਜਿੱਥੇ ਵੀ ਲੱਗਦੀ ਆਪਾਂ ਹਿਲਾਉਂਦੇ ਜਾਵਾਂਗੇ ਨਾਲ ਦੀ ਨਾਲ। ਆਪਾਂ ਚਿਪਕਣ ਨਹੀਂ ਦੇਣੀ, ਫਿਰ ਥੱਲੇ ਅੱਗ ਨਿਕਲ ਜੂਗੀ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ, ਵਧੀਆ ਨਹੀਂ ਬਣਨੀ ਹੈਗੀ, ਸਵਾਦ ਨਹੀਂ ਲੱਗਣੀ। ਫਿਰ ਉਹ ਕੜਛੀ ਆਪਾਂ ਬਿਲਕੁਲ ਵੀ ਖੜਾਉਣੀ ਨਹੀਂ ਹੈਗੀ, ਨਾਲ ਦੀ ਨਾਲ ਆਪਾਂ ਹਿਲਾਉਂਦੇ ਹੀ ਰਹਿਣਾ ਹੈ ਇਹਨੂੰ। ਅਤੇ ਹੁਣ ਕਾਫੀ ਦੇਰ ਹੋ ਗਿਆ ਦੁੱਧ ਰੱਖੇ ਨੂੰ, 10 ਮਿੰਟ ਹੋ ਗਿਆ ਤਕਰੀਬਨ, ਅਤੇ ਦੁੱਧ ਆਪਣਾ ਗਾੜਾ ਹੋਣਾ ਸ਼ੁਰੂ ਹੋ ਗਿਆ, ਫਟਣਾ ਸ਼ੁਰੂ ਹੋ ਗਿਆ। ਉਹ ਦੇਖੋ ਥੋੜ੍ਹਾ ਥੋੜ੍ਹਾ ਗਾੜਾ ਹੋ ਗਿਆ, ਅਤੇ ਬਸ ਹੁਣ ਇਹ 2-4 ਮਿੰਟ ਦੇ ਵਿੱਚ ਦੀ ਐਨ ਬੋਲੀ ਬਣ ਜਾਣੀ ਆ। ਇਹ ਦੁੱਧ ਸੀਗਾ ਦੂਸਰੇ ਦਿਨ ਦਾ, ਜੇ ਪਹਿਲੇ ਦਿਨ ਦਾ ਦੁੱਧ ਹੁੰਦਾ ਉਹਦੀ ਬੋਲੀ ਤਾਂ ਬਿਲਕੁਲ ਇੰਝ ਬਣਦੀ ਜਿਵੇਂ ਪਨੀਰ ਹੁੰਦਾ ਵਾ, ਜਿਵੇਂ ਭੁਰਜੀ ਵਰਗੀ ਬਣ ਜਾਂਦੀ ਹੁੰਦੀ ਹੈ ਬੋਲੀ। ਅਤੇ ਫਿਰ ਅਗਲੇ ਦਿਨ ਥੋੜ੍ਹੀ ਜਿਹੀ ਪਤਲਾ ਹੀ ਹੋ ਜਾਂਦੀ ਹੈ, ਉਸ ਤੋਂ ਅਗਲੇ ਦਿਨ ਹੋਰ ਪਤਲੀ ਹੋ ਜਾਂਦੀ, ਇੰਝ ਕਰਦੇ ਤੀਜੇ ਚੌਥੇ ਦਿਨ ਜਾ ਕੇ ਚੌਥੇ ਜਾਂ 5ਵੇਂ ਦਿਨ ਦੁੱਧ ਬਿਲਕੁਲ ਸਾਫ਼ ਹੋ ਜਾਂਦਾ ਵਾ, ਅਤੇ ਪਹਿਲੇ ਪਹਿਲਾਂ ਹੀ 2-3 ਕੁ ਦਿਨ ਬੋਲੀ ਬਣਦੀ ਆ ਇਹ, ਅਤੇ ਫਿਰ ਪਤਲੀ ਹੁੰਦੀ ਜਾਂਦੀ ਆ। ਪਤਲੀ ਵੈਸੇ ਜ਼ਿਆਦਾ ਟੇਸਟੀ ਹੁੰਦੀ ਆ, ਬੋਲੀ ਦੇ ਵਿੱਚ ਗੁਣ ਬਹੁਤ ਹੁੰਦੇ ਨੇ, ਤੱਤ ਬਹੁਤ ਹੁੰਦੇ ਨੇ ਬੋਲੀ, ਖਾਣੀ ਬਹੁਤ ਵਧੀਆ ਵਾ, ਤਾਕਤਵਰ ਹੁੰਦੀ ਆ। ਅਤੇ ਦੇਖੋ ਮਿਲਦੀ ਤਾਂ ਫਿਰ ਕਦੇ ਕਦੇ ਜਦੋਂ ਡੰਗਰ ਸੂੰਦਾ ਉਦੋਂ ਹੀ, ਅਤੇ ਖਾ ਲੈਣੀ ਚਾਹੀਦੀ ਆ ਜ਼ਿਆਦਾਤਰ ਇਹ ਹਰ ਇੱਕ ਨੂੰ ਇਹ ਜਿਹਦੇ ਘਰ ਹੁੰਦੀ ਆ ਇਹ। ਅਤੇ ਹੁਣ ਦੇਖੋ ਬੋਲੀ ਆਪਣੀ ਬਣ ਕੇ ਬਿਲਕੁਲ ਤਿਆਰ ਆ, ਖਾਣ ਵਾਸਤੇ ਰੈਡੀ ਆ ਹੁਣ ਇਹ। ਇਹ ਮੈਂ ਬਣਾਈ ਸੀਗੀ ਚੀਨੀ ਵਾਲੀ, 1 ਦਿਨ ਦੇ ਦੁੱਧ ਦਾ ਅਸੀਂ ਬਣਾ ਲਿਆ ਸੀਗਾ ਪਨੀਰ। ਵੈਸੇ ਤਾਂ ਇੰਝ ਹੀ ਦੁੱਧ ਗਰਮ ਕਰੇ ਤੀ ਫਟ ਜਾਂਦਾ ਇਹ, ਅਤੇ ਫਿਰ ਉਹਦੇ ਵਿੱਚ ਬੋਲੀ ਵਰਗਾ ਸਵਾਦ ਆਈ ਜਾਂਦਾ, ਪਰ ਅਸੀਂ ਦੁੱਧ ਦੇ ਵਿੱਚ ਦਹੀਂ ਪਾ ਕੇ ਪਾੜਿਆ ਸੀ ਤਾਂ ਕਿ ਇਹ ਦੁੱਧ ਵਿੱਚ ਪਨੀਰ ਵਰਗਾ ਟੇਸਟ ਆਵੇ ਨਾ ਕਿ ਬੋਲੀ ਵਰਗਾ। ਅਤੇ ਦੇਖੋ ਫਿਰ ਸਬਜ਼ੀ ਬਣਾਈ ਅਸੀਂ ਪਿਆਜ਼ ਅਤੇ ਵਿੱਚ ਇੱਕ ਅੱਧਾ ਆਲੂ ਪਾ ਲਿਆ ਸੀਗਾ, ਭੁਰਜੀ ਬਣਾਈ ਪਨੀਰ ਦੀ। ਫਿਰ ਅਸੀਂ ਉਸ ਤੋਂ ਅਗਲੇ ਦਿਨ ਬੋਲੀ ਬਣਾਈ, ਉਹ ਬਣਾਈ ਸੀਗੀ ਮੈਂ ਗੁੜ ਪਾ ਕੇ। ਮੈਂ ਕਿਹਾ ਚਲੋ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ, ਗੁੜ ਪਾ ਕੇ ਵੀ ਬਹੁਤ ਟੇਸਟੀ ਬਣਦੀ ਆ। ਗੁੜ ਦਾ ਤਾਂ ਦੇਖ ਲਓ ਤੁਹਾਨੂੰ ਆਪ ਹੀ ਪਤਾ ਹੀ, ਉਹ ਪਹਿਲਾਂ ਹੀ ਖਾਣਾ ਵਧੀਆ ਹੁੰਦਾ ਵਾ। ਗੁੜ ਤਾਂ ਇਹ ਆਪਣੇ ਆਪ ਵਿੱਚ ਇੱਕ ਔਸ਼ਧੀ ਆ ਗੁੜ ਤਾਂ। ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਵੀ ਜਿਹੜਾ ਆਪਣਾ ਦੁੱਧ ਸਾਫ਼ ਹੋ ਜਾਂਦਾ ਬੋਲੀ ਨਹੀਂ ਬਣਦੀ, ਤਾਂ ਗੁੜ ਪਾ ਕੇ ਜੇ ਬਣਾਈਏ ਨਾ ਫਿਰ ਉਦੋਂ ਬਾਅਦ ਵਿੱਚ ਵੀ ਦੁੱਧ ਸਾਫ਼ ਹੋਏ ਤੋਂ ਬਾਅਦ ਵੀ 3-4 ਦਿਨ ਬੋਲੀ ਬਣੀ ਜਾਂਦੀ ਗੁੜ ਦੇ ਨਾਲ, ਗੁੜ ਦੇ ਨਾਲ ਦੁੱਧ ਫਟ ਜਾਂਦਾ ਵਾ। ਇਸ ਤਰ੍ਹਾਂ ਅਗਰ ਮਨ ਹੋਵੇ ਤਾਂ ਆਪਾਂ ਕਈ ਦਿਨ ਬੋਲੀ ਖਾ ਸਕਦੇ ਹਾਂ। ਇਹ ਵਾਲੀ ਬੋਲੀ ਹੁਣ ਜ਼ਿਆਦਾ ਪਤਲੀ ਹੋ ਗਈ, ਦੇਖੋ 3ਰੇ ਦਿਨ ਦੇ ਦੁੱਧ ਦੀ ਹੋ ਗਈ ਇਹ ਜ਼ਿਆਦਾ ਪਤਲੀ ਹੋ ਗਈ। ਇਹ ਜ਼ਿਆਦਾ ਟੇਸਟੀ ਹੁੰਦੀ ਹੈ ਵੈਸੇ ਖਾਣ ਲਈ, ਉਹ ਜਿਹੜੀ ਪਹਿਲੇ ਡੰਗ ਦੀ ਹੁੰਦੀ ਉਹ ਜ਼ਿਆਦਾ ਚਿੜੀ ਜਿਹੀ ਹੁੰਦੀ, ਉਹ ਖਾਧੀ ਵੀ ਨਹੀਂ ਜ਼ਿਆਦਾ ਜਾਂਦੀ, ਇਹ ਜੇ ਖਾ ਹੋ ਜਾਂਦੀ ਹੈ ਜਿਹੜੀ 3ਰੇ ਦਿਨ ਹੋ ਜਾਂਦੀ, ਜਿਹੜੀ ਪਤਲੀ ਹੋ ਜਾਂਦੀ ਹੈ ਜਾਣੀ। ਅਤੇ ਮੈਂ ਡੇ ਬਾਈ ਡੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀ ਆ ਵੀ ਕਿੰਨੇ ਕੁ ਦਿਨ ਬੋਲੀ ਬਣਦੀ ਹੈ, ਕਿਸ ਤਰ੍ਹਾਂ ਦੀ ਬਣਦੀ ਆ, ਅਤੇ ਵੀ ਇਹਦੇ ਤੋਂ ਆਪਾਂ ਪਨੀਰ ਵੀ ਬਣਾ ਸਕਦੇ ਹਾਂ। ਬੋਲੀ ਦਾ ਕਲਰ ਤੁਹਾਡੇ ਗੁੜ 'ਤੇ ਜਾਂ ਤੁਹਾਡੀ ਸ਼ੱਕਰ 'ਤੇ ਵੀ ਕਿਹੋ ਜਿਹਾ ਰੰਗ ਵਾ ਉਹਦੇ 'ਤੇ ਡਿਪੈਂਡ ਆ ਵੀ ਉਹਦਾ ਕਲਰ ਉਹੋ ਜਿਹਾ ਹੀ ਹੋ ਜਾਂਦਾ। ਇਹ ਤਾਂ ਵੈਸੇ ਜ਼ਿਆਦਾ ਹੋਣੀ ਸੀਗੀ ਹੋਈ ਰੈੱਡ, ਪੀਲੀ ਜਿਹੀ ਰਹਿ ਗਈ ਸੀ, ਗੁੜ ਸਾਫ਼ ਸੀਗਾ ਬਹੁਤ ਜ਼ਿਆਦਾ, ਗੁੜ ਕਾਲਾ ਨਹੀਂ ਸੀਗਾ। ਅਤੇ ਗੁੜ ਦੇ ਕਲਰ 'ਤੇ ਡਿਪੈਂਡ ਕਰਦਾ ਵੀ ਬੋਲੀ ਦਾ ਕਲਰ ਵੀ ਉਹੋ ਜਿਹਾ ਹੀ ਹੋ ਜਾਂਦਾ ਫਿਰ। ਅਤੇ ਹੁਣ ਦੇਖੋ ਬੋਲੀ ਬਣ ਕੇ ਤਿਆਰ ਆ ਬਿਲਕੁਲ, ਇਹ ਵੀ ਖਾਣ ਲਈ ਖਾਓ ਤੁਸੀਂ ਵੀ, ਮਜ਼ੇ ਲਓ। ਅਤੇ ਹੁਣ ਆ ਗਿਆ 5ਵਾਂ ਦਿਨ, ਸਾਡੇ ਇਹ ਰਿਵਾਜ਼ ਆ ਵੀ 5ਵੇਂ ਦਿਨ ਆਪਾਂ ਦੁੱਧ ਦੇ ਵਿੱਚ ਚੌਲ ਪਾ ਕੇ ਇਹਨੂੰ ਅੰਨਰ ਲਾਉਣਾ ਕਹਿੰਦੇ ਨੇ। 5ਵੇਂ ਦਿਨ ਦੁੱਧ ਸਾਫ਼ ਹੋ ਜਾਂਦਾ, ਅਤੇ 5ਵੇਂ ਦਿਨ ਫਿਰ ਬਣਾਉਂਦੇ ਨੇ ਖੀਰ, ਖੀਰ ਬਣਾ ਕੇ ਮੱਥਾ ਟੇਕਦੇ ਨੇ। ਖੀਰ ਵੀ ਬਣ ਕੇ ਰੈਡੀ ਆ, ਅਤੇ ਆ ਜਾਓ ਤੁਸੀਂ ਵੀ ਖਾਓ, ਅਤੇ ਆਪਣੇ ਕਮੈਂਟ ਰਾਹੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ,
ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਅਤੇ ਜਿਹੜੇ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਹੋਰ ਵੀਡੀਓ ਮਿਲਦੀਆਂ ਰਹਿਣ। ਥੈਂਕ ਯੂ।